Like the video, subscribe to the channel and press the bell icon for latest video update. दर्शकों कोरोना का कहर पूरे वर्ल्ड में लगातार जारी है। हुण दी खबर है यूके च कोरोना की तीजी लहर शुरू हो गई है। 50,000 नवे मामले आए हैगे आ। बरतानिया इस समय कोरोना महामारी की तीजी लहर की पकड़ में है। शुक्रवार ने जनवरी तो बाद पहली बार 54,675 नवे पॉजिटिव मामले सामने आए तो उन्होंने 45 मौत हो गई। ये दस रही है कि 68% आबादी का उन्होंने पूरी तरह टीकाकरण कर लिया जो एक डोज लग गई हैगी है। उतों के सेहत मंत्री साजिद जावेद भी कोरोना पॉजिटिव पाए है। इंडिया भी इस तीजी वेव का खदशा है। दर्शकों कोरोना ने पूरे वर्ल्ड में हाहाकार मचा रखी हैगी आ। खास तौर पर सैकंड वेव दौरान इंडिया में भी बहुत मौत हुई है। हुण भावें कुछ कंट्रोल में है सानू दसदियां खुशी हो रही है। इंग्लैंड बेस्ड लिस्टर विखे बेस्ड पंजाबी राइटर प्रोफेसर शंगारा सिंह ढिल्लों ने एक किताब लिखी हैगी आ कोरोना COVID-19 नवे युग की शुरुआत, जिदे विच इन्हां ने 37 वख वख चैप्टर इन्हां ने रिसर्च बेस्ड लिखे हैगे। असीं कुछ कुछ मेन मेन ते इहदे विच गल्लबात करांगे। साडे नाल लिस्टर इंग्लैंड तो जुड़े ने प्रोफेसर शंगारा सिंह ढिल्लों जी। प्रोफेसर बहुत बहुत स्वागत हैगा। बड़ी खुशी दी गल हैगी और मैं अद्धी किताब पढ़ ली, काफी रिसर्च बेस्ड हैगी। पैसा पहला सवाल मैं थानू ये पुछना चाहना हैगा, जिहड़ा थोड़ा पहला ही तीजा चौथा चैप्टर हैगा, इहदी शुरुआत वुहान विचों किवें शुरुआत होई हैगी आ, जिहदे करके एड्डी वड्डी ट्रेजडी पूरे वर्ल्ड विचों स्प्रैड होई, की कुछ तुसीं रिसर्च कीती हैगी, इह साडे दर्शकां नूं जरूर दस्सो। जिहड़ा चीन दा इह जिहड़ा शहर है वुहान जी, इत्थे इक मार्केट है जिहड़ी मच्छी मार्केट है। हांजी, ਉਹ ਮੀਟ ਵਗੈਰਾ ਉੱਥੇ ਜਿਹੜਾ ਵਿਕਦਾ ਹੈਗਾ ਉੱਥੇ ਕਿਸੇ ਨੂੰ ਇਹ ਜਿਹੜੀ ਹੈ ਇਹ ਕੋਈ ਤਾਂ ਦੱਸਦਾ ਕਿ ਜਾਨਵਰਾਂ ਤੋਂ ਪੈਦਾ ਹੋਈ, ਚਮਗਿੱਦੜਾਂ ਤੋਂ ਪੈਦਾ ਹੋਈ ਹੈ, ਕੋਈ ਕੁਛ ਦੱਸਦਾ ਤੇ ਕੋਈ ਆਪੋ ਆਪਣੇ ਕਿਆਫੇ ਨੇ ਸਾਰੇ। ਮੇਰੀ ਜਿਹੜੀ ਰਿਸਰਚ ਉਹ ਇਹ ਦੇਖੀ ਹੈ ਕਿ ਜੇ ਇਹ ਬਿਮਾਰੀ ਜਿਹੜੀ ਹੈ ਵੁਹਾਨ ਤੋਂ ਚੱਲੀ ਹੈ। ਵੁਹਾਨ ਤੋਂ ਕਿਸੇ ਲੇਡੀ ਦਾ ਮੈਂਸ਼ਨ ਕੀਤਾ, ਲੇਡੀ ਨੂੰ ਪਹਿਲਾਂ ਉਹ ਸਿੰਪਟਮ ਆਏ ਸੀ ਕਿਸੇ ਨੂੰ? ਹਾਂਜੀ, ਉਹ ਫਿਰ ਪਤਾ ਨਹੀਂ ਲੱਗਾ ਉਹਨਾਂ ਨੂੰ, ਡਾਕਟਰਾਂ ਨੂੰ, ਉਹਨਾਂ ਨੇ ਨਾਰਮਲ ਜਿਹੜਾ ਫਲੂ ਆ ਇਹਨੂੰ ਵੀ, ਫਲੂ ਨੂੰ ਵੀ ਅਸੀਂ ਕਰੋਨਾ ਕਹਿੰਦੇ ਹਾਂ, ਜਿਹੜਾ ਨਜ਼ਲਾ ਜ਼ੁਕਾਮ ਹੁੰਦਾ ਇਹਨੂੰ ਵੀ ਕਰੋਨਾ ਆ ਕਹਿੰਦੇ ਸੀ। ਹਾਂਜੀ ਹਾਂਜੀ ਹਾਂਜੀ, ਇਹ ਕਰੋਨਾ ਦੀਆਂ ਬੇਸਿਕ ਕਿਸਮਾਂ ਆ, ਉਹਨਾਂ ਨੇ ਬੇਸਿਕ ਕਿਸਮਾਂ ਸਮਝ ਕੇ ਉਹਦਾ ਇਲਾਜ ਕਰ ਦਿੱਤਾ, ਉਹਦੀ ਦਵਾਈ ਦੇ ਦਿੱਤੀ, ਲੇਕਿਨ ਉਹਨੂੰ ਕੋਈ ਫਰਕ ਨਹੀਂ ਪਿਆ ਜਿਹੜੀ ਸਪਰੈਡ ਹੈ ਉਹਦੀ ਜਿਹੜੀ ਆ ਉਹ ਵਾਇਰਸ ਦੀ ਅੱਗੇ ਤੋਂ ਅੱਗੇ ਛੂਤ ਦੀ ਬਿਮਾਰੀ ਹੋਣ ਦੇ ਕਰਕੇ ਉੱਥੇ ਲੱਗਦੀ ਗਈ ਕਿ ਇਹ ਫੇਲ ਗਿਆ। ਉਹ ਵੁਹਾਨ ਦੇ ਵਿੱਚੋਂ ਬਾਹਰ ਨਿਕਲ ਗਿਆ, ਲੋਕ ਆਉਂਦੇ ਆ, ਚੀਜ਼ਾਂ ਖਰੀਦਦੇ ਆ, ਉਹ ਵਾਇਰਸ ਲੈ ਕੇ ਚਲੇ ਜਾਂਦੇ ਆ। ਹਾਂਜੀ ਹਾਂਜੀ, ਇਸ ਤਰ੍ਹਾਂ ਇਹਦੀ ਸ਼ੁਰੂਆਤ ਹੋ ਗਈ 10 ਦਸੰਬਰ ਨੂੰ। ਹਾਂਜੀ, ਫਿਰ ਇਹ ਤਾਂ ਤੁਸੀਂ ਲਿਖਿਆ ਇਹਦੇ ਵਿੱਚ ਜਦੋਂ ਕਾਫੀ ਜ਼ਿਆਦਾ ਫੈਲ ਗਿਆ ਫਿਰ ਚਾਈਨਾ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਉਹਨਾਂ ਨੇ ਫਾਰਮਲੀ WHO ਨੂੰ ਕਨਵੇ ਕੀਤਾ ਵੀ ਆਹ ਸਾਡੇ ਆਹ ਪ੍ਰੋਬਲਮ ਹੈਗੀ ਆ, ਉਹਦੇ ਬਾਰੇ ਵੀ ਦੱਸਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਨਹੀਂ, ਇਹ ਪਹਿਲਾਂ ਉਹਨਾਂ ਨੇ ਕੁਝ ਦਿਨ ਤਾਂ ਜਿਹੜਾ ਹੈ ਉਹਨਾਂ ਨੂੰ ਪਤਾ ਨਹੀਂ ਲੱਗਾ ਡਾਕਟਰਾਂ ਨੂੰ। ਅੱਛਾ ਜੀ, ਵਜ੍ਹਾ ਜਿਹੜੀ ਹੈ ਕਿ ਮਹਾਮਾਰੀ ਕਿੱਦਾਂ ਬਣੀ ਹੈ ਇਹ। ਹਾਂਜੀ, ਜਿਹੜਾ ਪ੍ਰੋਸੀਜਰ ਹੈ ਜੋ ਪ੍ਰੋਟੋਕੋਲ ਆ ਜਦੋਂ ਡਾਇਗਨੋਸ ਕਰਦੇ ਆ ਕਿਸੇ ਬਿਮਾਰੀ ਨੂੰ, ਉਹਦੇ ਪਹਿਲਾਂ ਕਈ ਜਿਹੜੇ ਆ ਉਹ ਵਿਧੀਵਤ ਢੰਗ ਦੇ ਨਾਲ ਉਹਨੂੰ ਜਿਹੜਾ ਤੋੜਨਾ ਪੈਂਦਾ ਇੱਕਦਮ ਨਹੀਂ। ਸੇਮ ਜੇ ਕੈਂਸਰ ਵਾ ਕਿਸੇ ਨੂੰ, ਕਈ ਤਰ੍ਹਾਂ ਦਾ ਕੈਂਸਰ ਹੈ। ਹਾਂਜੀ ਹਾਂਜੀ, ਇਸੇ ਤਰ੍ਹਾਂ ਇਹ ਜਿਹੜੀ ਬਿਮਾਰੀ ਹੈ ਇਹ ਪਹਿਲਾਂ ਜਿਹੜੀ ਹੈ 7-8 ਕਿਸਮ ਦੀ ਕਰੋਨਾ ਹੋ ਚੁੱਕੀ ਹੈ। ਹਾਂਜੀ, ਅੱਜ ਦੀ ਥੋੜੀ ਹੈ ਕਰੋਨਾ, ਅਸੀਂ ਕਹਿੰਦੇ ਹਾਂ ਕਰੋਨਾ ਬੋਤਲਾਂ ਦੇ ਉੱਤੇ ਲਿਖਿਆ 1930 ਤੋਂ ਪਹਿਲਾਂ ਦੀ ਚੱਲਦੀ ਬਿਮਾਰੀ ਇਹ। ਹਾਂਜੀ ਹਾਂਜੀ ਹਾਂਜੀ, ਮਤਲਬ ਕਹਿਣ ਦਾ ਕਿ ਉਹਨੇ ਡਾਇਗਨੋਸ ਕੀਤਾ ਕਿ ਉਹਨਾਂ ਨੂੰ ਪਤਾ ਲੱਗਾ, ਫਿਰ ਉਹਨਾਂ ਨੂੰ ਸ਼ੰਕਾ ਪੈ ਗਿਆ ਜਦੋਂ ਕੇਸ ਸਿਮੀਲਰ ਜਿਹੜੇ ਡਾਕਟਰਾਂ ਦੇ ਕੋਲ ਜਿਹੜੇ ਆ ਉਹ ਬਾਜ਼ਾਰ ਦੇ ਵਿੱਚ, ਸ਼ਹਿਰ ਦੇ ਵਿੱਚ ਜਾਣ ਲੱਗ ਪਏ, ਸਿਮੀਲਰ ਕੇਸ ਜਾਣ ਲੱਗ ਪਏ, ਤਾਂ ਉਹਨਾਂ ਨੂੰ ਫਿਰ ਪਤਾ ਲੱਗਾ ਕਿ ਇਹ ਤਾਂ ਬਿਮਾਰੀ ਕੁਛ ਹੋਰ ਹੈ, ਰੁਕਦੀ ਨਹੀਂ ਹੈ। ਪੇਸ਼ੀਐਂਟ ਬਾਰ ਬਾਰ ਆ ਰਹੇ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਹਾਂਜੀ, ਅਸੀਂ ਥੋੜਾ ਜਿਹਾ ਵਰਲਡ ਵਾਈਡ ਰੂਪ ਦੱਸਣਾ ਚਾਹਾਂਗੇ। ਜਿਵੇਂ ਤੁਹਾਡੇ ਇੰਗਲੈਂਡ ਵਿੱਚ ਵੀ ਬੜੀ ਦੇਰ ਲੋਕਡਾਊਨ ਲੱਗਾ ਰਿਹਾ, ਮੇਰੇ ਖਿਆਲ ਉੱਥੇ ਵੀ 2-3 ਤਰ੍ਹਾਂ ਦੇ ਸਟ੍ਰੇਨ ਆਏ, ਬਲਕਿ ਪੂਰੇ ਯੂਰੋਪੀਅਨ ਕੰਟਰੀ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ 'ਚ
लगभग पूरा बॉडी ਦੇ ਨਾਲ ਜਿਹੜਾ ਹੈਗਾ ਅਫੈਕਟ ਹੋਇਆ ਹੈਗਾ ਬੜੀ ਇਕਨੋਮੀ ਤਬਾਹ ਹੋਈ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਇੰਗਲੈਂਡ ਦੀ ਸਥਿਤੀ ਬਾਰੇ ਕੀ ਹੈਗੀ ਆ ਸਥਿਤੀ ਸਭ ਤੋਂ ਪਹਿਲਾਂ ਤਾਂ ਕਿ ਮਹਾਮਾਰੀ ਜਿਹੜੀ ਬਣੀ ਆ ਇਹ ਹਾਂਜੀ ਇਹਦੇ ਨਾਰਮਲੀ ਜਿਹੜਾ ਹੈ ਉਹ ਫਿੰਗਰ ਪੁਆਇੰਟ ਜਿਹੜੀ ਉਹ ਚਾਈਨਾ ਦੇ ਉੱਤੇ ਜਾਂਦੀ ਹੈ ਹਾਂਜੀ ਲੇਕਿਨ ਮੇਰੀ ਜਿਹੜੀ ਕੋਸ਼ਿਸ਼ ਇਹ ਰਹੀ ਹੈ ਕਿ ਫੇਅਰਲੀ ਜੇਕਰ ਇਹਨੂੰ ਜਿਹੜਾ ਦੇਖਿਆ ਜਾਵੇ ਤਾਂ ਜੋ ਉਹਨਾਂ ਨੇ ਜਿਹੜੇ ਜਿਹੜੇ ਵੀ ਰਸਤੇ ਨੂੰ ਅਡਾਪਟ ਕੀਤਾ ਉਹ ਉਹੀ ਹੋਣਾ ਸੀਗਾ ਚਾਹੇ ਇੰਗਲੈਂਡ ਦੇ ਵਿੱਚ ਹੁੰਦਾ ਹਾਂਜੀ ਚਾਹੇ ਕੈਨੇਡਾ ਅਮਰੀਕਾ ਕਿਸੇ ਵੀ ਦੁਨੀਆ ਦੇ ਵਿਕਸਿਤ ਕੰਟਰੀ ਦੇ ਵਿੱਚ ਹੁੰਦਾ ਉਸ ਬਿਮਾਰੀ ਨੂੰ ਲੱਭਣ ਵਾਸਤੇ ਉਹੀ ਜਿਹੜਾ ਢੰਗ ਵਰਤਿਆ ਜਾਣਾ ਸੀਗਾ ਹਾਂਜੀ ਹਾਂਜੀ ਜੇਕਰ ਇਹ ਬਿਮਾਰੀ ਜਿਹੜੀ ਹੈ ਏਸ਼ੀਆ ਦੇ ਵਿੱਚ ਹੁੰਦੀ ਸਾਊਥ ਅਫਰੀਕਾ ਇੰਡੀਆ ਪਾਕਿਸਤਾਨ ਦੇ ਵਿੱਚ ਹੁੰਦੀ ਤਾਂ ਫਿਰ ਜਿਹੜਾ ਉਹਦਾ ਢੰਗ ਕੁਛ ਹੋਰ ਹੋ ਸਕਦਾ ਸੀਗਾ ਲੱਭਣ ਦਾ ਕਿਉਂਕਿ ਆਪੋ ਆਪਣੇ ਕੰਟਰੀ ਦਾ ਆਪੋ ਆਪਣਾ ਸਿਸਟਮ ਬਣਿਆ ਹੋਇਆ ਹੈ ਨਹੀਂ ਤੁਹਾਡੇ ਕੰਟਰੀ ਜਿਵੇਂ ਇੰਗਲੈਂਡ ਆ ਬੜਾ ਐਡਵਾਂਸ ਕੰਟਰੀ ਦਾ ਹੋਰ ਵੈਸਟ ਦੇ ਜਾਂ ਇੱਧਰ ਜਿਹੜੇ ਅਮਰੀਕਨ ਕੰਟਰੀ ਹੈਗੇ ਪਰ ਉਹਨਾਂ ਨੇ ਵੀ ਬਹੁਤ ਜ਼ਿਆਦਾ ਮੌਤਾਂ ਹੋਈਆਂ ਮੇਰੇ ਖਿਆਲ ਹੈਲਥ ਲਈ ਸ਼ਾਇਦ ਪੂਰਾ ਵਰਲਡ ਪ੍ਰਪੇਅਰ ਨਹੀਂ ਸੀ ਵੱਖ ਵੱਖ ਕੰਟਰੀ ਵੀ ਇਸ ਤਰ੍ਹਾਂ ਦੀ ਕੋਈ ਜਿਹੜਾ ਹੈਗਾ ਐਪੀਡੈਮਿਕ ਆ ਸਕਦਾ ਜਿਹਨੇ ਤਹਿਸ ਨਹਿਸ ਕਰ ਦਿੱਤਾ ਸਾਰੇ ਸਿਸਟਮ ਨੂੰ ਮੈਂ ਉਸੇ ਪੁਆਇੰਟ ਤੇ ਉੱਤੇ ਆ ਰਿਹਾ ਕਿ ਜਿਸ ਤਰ੍ਹਾਂ ਕੰਟਰੀ ਟੂ ਕੰਟਰੀ ਜਿਹੜਾ ਸਿਸਟਮ ਹੈ ਹਾਂਜੀ ਉਹਨਾਂ ਨੇ ਜਨਵਰੀ ਤੱਕ ਜਿਹੜਾ ਉਹ ਸਾਰਾ WHO ਨੂੰ ਵੀ ਜਿਹੜਾ ਅਪਡੇਟ ਕਰਦੇ ਰਹੇ ਚਾਈਨਾ ਵਾਲੇ ਉਸ ਤੋਂ ਬਾਅਦ ਜਿਹੜਾ ਉਹ ਲੱਭਦੇ ਵੀ ਰਹੇ ਫਿਰ ਉਹਨਾਂ ਨੇ ਉਹਦਾ ਜਿਹੜਾ ਉਹ ਪੂਰਾ ਜਿਹੜਾ ਲੱਭ ਲਿਆ ਕਿ ਕਰੋਨਾ ਕਰਾਊਨ ਟਾਈਪ ਦਾ ਇੱਕ ਵਾਇਰਸ ਹੈ ਜਿਹੜਾ ਬਿਲਕੁਲ ਵੱਖਰੀ ਕਿਸਮ ਦਾ ਹਾਂਜੀ ਹਾਂਜੀ ਉਹਨੇ ਦੇਰ ਨੂੰ ਉਹ ਜਿਹੜਾ ਬਹੁਤ ਦੂਰ ਤੱਕ ਫੈਲ ਚੁੱਕਾ ਸੀ ਕਿਉਂਕਿ 15 ਦਿਨ ਤਾਂ ਇਹ ਮਤਲਬ ਸਾਹਮਣੇ ਨਹੀਂ ਆਉਂਦੀ ਬਿਮਾਰੀ ਹਾਂਜੀ ਹਾਂਜੀ ਇੱਕ ਨੂੰ ਲੱਗੀ ਦੂਸਰੇ ਨੂੰ ਲੱਗੀ ਜੇ ਅੱਜ ਇੱਕ ਨੂੰ ਲੱਗੀ ਹੈ ਤੇ ਦੂਸਰੇ ਨੂੰ ਦੂਜੇ ਦਿਨ ਲੱਗੀ ਹੈ ਤਾਂ ਮਤਲਬ 14-15 ਦਿਨ ਦਾ ਫਰਕ ਪੈ ਹੀ ਜਾਂਦਾ ਨਾ ਹਾਂਜੀ 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 ਇਹ ਮਹਾਮਾਰੀ ਬਣ ਗਈ ਜਿਹੜੇ ਦੂਸਰੀ ਗੱਲ ਹੈ ਕਿ ਕੰਟਰੀ ਜਿਹੜਾ ਤੁਸੀਂ ਪੁਆਇੰਟ ਜਿਹੜਾ ਬਹੁਤ ਵਧੀਆ ਰੇਸ ਕੀਤਾ ਇਹ ਕਿ ਦੁਨੀਆ ਦੇ ਮੁਲਕ ਜਿਹੜੇ ਆ ਉਹ ਐਕਸਪੈਕਟਡ ਨਹੀਂ ਸੀ ਕਿ ਇਦਾਂ ਦੀ ਬਿਮਾਰੀ ਆਊਗੀ ਹਾਂਜੀ 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 ਪ੍ਰੈਪਰੇਸ਼ਨ ਹੈ ਨਾ ਸੀ ਹੈਲਥ ਦੇ ਪੱਖ ਤੋਂ ਪ੍ਰੈਪਰੇਸ਼ਨ ਘੱਟ ਸੀ ਹਥਿਆਰਾਂ ਦੇ ਪੱਖ ਤੋਂ ਜ਼ਿਆਦਾ ਸੀ ਹਾਂਜੀ ਹਾਂਜੀ ਹੁਣ ਇਹ ਇੱਕ ਛੋਟਾ ਜਿਹਾ ਵਾਇਰਸ ਹੈ ਇਹਨੂੰ ਨਾ ਤਾਂ ਹਥਿਆਰ ਨਾਲ ਮਾਰਿਆ ਜਾ ਸਕਦਾ ਨਾ ਮਨੁੱਖੀ ਅੱਖ ਦੇ ਨਾਲ ਦੇਖਿਆ ਜਾ ਸਕਦਾ ਹਥਿਆਰ ਨਾਲ ਮਾਰਨ ਦੀ ਤਾਂ ਦੂਰ ਦੀ ਗੱਲ ਰਹੀ ਹਾਂਜੀ ਹਾਂਜੀ ਵੱਡੇ ਵੱਡੇ ਜਿਹੜੇ ਹਥਿਆਰ ਹੈ ਵੱਡੀਆਂ ਮਤਲਬ ਮਜ਼ਾਈਲਾਂ ਜਿਹੜੀਆਂ ਉਹਨਾਂ ਵੱਲ ਧਿਆਨ ਲੱਗਾ ਹੋਇਆ ਸੀ ਵਿਕਸਿਤ ਮੁਲਕਾਂ ਦਾ ਲੇਕਿਨ ਉਹਨਾਂ ਨੂੰ ਆ ਅਨਐਕਸਪੈਕਟਡ ਜਿਹੜੀ ਚੀਜ਼ ਹੈ ਵਾਇਰਸ ਕਿਟਾਣੂ ਆ ਇਸ ਨੇ ਇੰਨਾ ਪਰੇਸ਼ਾਨ ਕੀਤਾ ਕਿ ਉਹ ਮੈਂ ਹੈਰਾਨ ਹੋ ਗਿਆ ਕਿ ਕਦੀ ਕਿਸੇ ਰਾਜ ਦੇ ਮਹਿਲਾਂ ਜਾ ਵੜਦਾ ਕਦੀ ਕਦੀ ਪ੍ਰਧਾਨ ਮੰਤਰੀ ਦੇ ਘਰੇ ਜਾ ਵੜਦਾ ਉਹਨਾਂ ਨੂੰ ਨਹੀਂ ਪਤਾ ਕਦੋਂ ਹੋ ਜਾਂਦਾ ਹੈ ਹਾਂਜੀ 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 ਉਹ ਦੂਸਰੀ ਗੱਲ ਹੈ ਕਿ ਇਹ ਜਿਹੜੇ ਵਿਕਸਿਤ ਕੰਟਰੀ ਆ ਇਹਨਾਂ ਨੂੰ ਜਿਹੜੇ ਹੈਲਥ ਡਿਪਾਰਟਮੈਂਟ ਹੈ ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ NHS ਹੈ ਹੈਲਥ ਸਰਵਿਸਿਸ ਕਹਿੰਦੇ ਆ ਇਹ ਗਰੰਟੀਡ ਹੈ ਕਿ ਤੁਹਾਨੂੰ ਮਤਲਬ ਜੇ ਸਾਨੂੰ ਕੋਈ ਬਿਮਾਰੀ ਹੁੰਦੀ ਹੈ ਤੇ ਇਹ ਗਰੰਟੀਡ ਹੈ ਕਿ ਇਹਨਾਂ ਵੱਲੋਂ ਸਾਨੂੰ ਜਿਹੜਾ ਹੈ ਉਹ ਬਿਮਾਰੀ ਦੀ ਰੋਕਥਾਮ ਵਾਸਤੇ ਜਾਂ ਉਪਚਾਰ ਜੋ ਵੀ ਜੋ ਇਲਾਜ ਬਣਦਾ ਉਹ ਦਿੱਤਾ ਜਾਊਗਾ ਹਾਂਜੀ ਇਹਨਾਂ ਨੂੰ ਇਹ ਫਿਕਰ ਪੈ ਗਿਆ ਕਿ ਜੇ ਮਤਲਬ ਜਿਹੜਾ ਹੈ ਇਹ ਇਸ ਤਰ੍ਹਾਂ ਚਾਈਨਾ ਦੇ ਵਿੱਚੋਂ ਫੈਲੀ ਹੈ ਪਹਿਲਾਂ ਤਾਂ ਇਹ ਚੁੱਪ ਰਹੇ 10 ਜਨਵਰੀ ਤੱਕ ਹਾਂਜੀ ਚਾਈਨਾ ਦੇ ਨਾਲ ਇਹਨਾਂ ਦੇ ਆਪਸ ਵਿੱਚ ਹੀ ਕੋਈ ਸੰਬੰਧ ਜਿਹੜੇ ਆ ਉਹ ਇਕਨੋਮਿਕਲੀ ਚੰਗੇ ਨਹੀਂ ਹੈਗੇ ਹਾਂਜੀ ਪੋਲੀਟੀਕਲ ਵੀ ਨਹੀਂ ਚੰਗੇ ਹੈਗੇ ਤੇ ਇਕਨੋਮਿਕਲੀ ਵੀ ਨਹੀਂ ਜੀ 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 ਉਹ ਇਹਨਾਂ ਦਾ ਆਪਸ ਵਿੱਚ ਹੀ ਜਿਹੜਾ ਹੈ ਉਹ ਮਤਲਬ ਜਿਹੜਾ ਚੱਲਦਾ ਆਪਸ ਵਿੱਚ ਹੀ ਟਕਰਾਅ ਚੱਲਦਾ ਹੈ ਉਹ ਇਹਨਾਂ ਨੇ ਪਤਾ ਨਹੀਂ ਕੀਤਾ ਜਦੋਂ ਉਹ ਫਿਰ ਪਹਿਲਾ ਕੇਸ ਜਿਹੜਾ ਹੈ ਉਹ ਹਾਲੈਂਡ ਦੇ ਵਿੱਚ ਫੜਿਆ ਗਿਆ ਉਸ ਤੋਂ ਬਾਅਦ ਜਿਹੜੀਆਂ ਸਟੇਟਮੈਂਟਾਂ ਆਉਣ ਲੱਗੀਆਂ ਅਮਰੀਕਾ ਦੀਆਂ ਆਈਆਂ ਅਮਰੀਕਾ ਦੇ ਮੰਤਰੀਆਂ ਨੇ ਸਟੇਟਮੈਂਟਾਂ ਦਿੱਤੀਆਂ ਕਿ ਇਹ ਜਿਹੜਾ ਬਾਇਓ ਬਾਰ ਜਿਹੜੀ ਸ਼ੁਰੂ ਹੋ ਗਈ ਚਾਈਨਾ ਨੇ ਸ਼ੁਰੂ ਕੀਤੀ ਹੈ ਲੈਬ ਦੇ ਵਿੱਚੋਂ ਪੈਦਾ ਕਰਕੇ ਹਾਂਜੀ ਹਾਂਜੀ ਇਹ ਚੀਜ਼ਾਂ ਜਿਹੜੀਆਂ ਲੈਬ ਵਾਇਰਸ ਜਿਹੜਾ ਲੈਬ ਦੇ ਵਿੱਚੋਂ ਨਹੀਂ ਪੈਦਾ ਹੁੰਦਾ ਕਦੇ ਵੀ ਪਹਿਲੀ ਗੱਲ ਤਾਂ ਪ੍ਰਯੋਗਸ਼ਾਲਾ ਦੇ ਵਿੱਚ ਇਹ ਸਮਝਣ ਵਾਲੀ ਗੱਲ ਹੈ ਜਿਹੜੇ ਸਾਇੰਸ ਵਾਲੇ ਵਿਦਿਆਰਥੀ ਆ ਜਾਂ ਸਾਇੰਟਿਸਟ ਆ ਉਹ ਸਮਝਦੇ ਹੈ ਉਹ ਸੇਮ ਹੈ ਜਿੱਦਾਂ ਆਪਣੇ ਪ੍ਰਧਾਨ ਮੰਤਰੀ ਨੇ ਮੋਦੀ ਨੇ ਕਿਹਾ ਸੀਗਾ ਕਿ ਜਦੋਂ ਬੱਦਲ ਹੋਏ ਹੁੰਦੇ ਆ ਰਡਾਰ ਜਿਹੜਾ ਜਹਾਜ਼ ਨੂੰ ਨਹੀਂ ਫੜਦਾ ਉਹ ਬਿਲਕੁਲ ਸੇਮ ਚੀਜ਼ ਹੈ ਹਾਂਜੀ 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 ਬਿਲਕੁਲ ਕਿ ਰਡਾਰ ਜਿਹੜਾ ਹੈ ਉਹ ਬੱਦਲ ਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ ਉਹਨੇ ਜਿਹੜੀ ਚੀਜ਼ ਫੜਨੀ ਹੈ ਸਮਝਣੀ ਹੈ ਉਹ ਫੜ ਲੈਂਦਾ ਹੈਗਾ ਇਸੇ ਤਰ੍ਹਾਂ ਇਹ ਗੈਸ ਤੇ ਤੋਂ ਪੈਦਾ ਨਹੀਂ ਹੁੰਦਾ ਹੈਗਾ ਉਹਦਾ ਟੈਂਪਰੇਚਰ ਸੈੱਟ ਹੁੰਦਾ ਉਹਨੂੰ ਲੈਬ ਦੇ ਵਿੱਚੋਂ ਕਿੱਦਾਂ ਪੈਦਾ ਕਰ ਦਿੱਤਾ ਇੱਕ ਤਾਂ ਥਿਊਰੀ ਗਲਤ ਹੈ ਮੈਂ ਚੀਜ਼ਾਂ ਸਟੱਡੀ ਕੀਤਾ ਫਿਰ ਜਿਹੜਾ ਵਰਲਡ ਦੇ ਵਿੱਚ ਆ ਗਿਆ ਇਹਨਾਂ ਨੂੰ ਇੰਗਲੈਂਡ ਦੀ ਗੱਲ ਕਰੀਏ ਆਪਾਂ ਇਹ ਪੂਰੀ ਤਰ੍ਹਾਂ ਕੰਟਰੀ ਗਵਰਨਮੈਂਟ ਜਿਹੜੀ ਆ ਨਾ ਤਾਂ ਲੋਕ ਤਿਆਰ ਸੀਗੇ ਨਾ ਗਵਰਨਮੈਂਟ ਤਿਆਰ ਸੀ ਹਾਂਜੀ ਹਾਂਜੀ ਉਦੋਂ ਤੱਕ ਕਿ ਪ੍ਰਧਾਨ ਮੰਤਰੀ ਵੀ ਕਹਿੰਦਾ ਰਿਹਾ ਕਿ ਇਹਨੂੰ ਫੈਲ ਲੈਣ ਦਿਓ ਇਹ ਫੈਲ ਕੇ ਆਪੇ ਠੀਕ ਹੋ ਜਾਣਾ
ਸਟੇਟਮੈਂਟ ਆਇਆ ਜੀ ਰਿਕਾਰਡ ਦੇ ਵਿੱਚ ਇਹ ਤੁਹਾਡੇ ਇੰਗਲੈਂਡ ਦਾ ਪ੍ਰਧਾਨ ਮੰਤਰੀ ਨੇ ਕਿਹਾ ਬਿਲਕੁਲ ਬੋਰਿਸ ਜੌਨਸਨ ਦੀਆਂ ਸਟੇਟਮੈਂਟ ਆ ਇਹ ਕੋਈ ਗੱਲ ਨਹੀਂ ਇਹ ਜੇ ਇਹ ਮਤਲਬ ਥੋੜਾ ਫੈਲਣ ਦਿਓ ਜੇ ਫੈਲ ਕੇ ਠੀਕ ਹੋ ਜਾਣਾ ਜਿੱਦਾਂ ਦੂਜੀਆਂ ਬਿਮਾਰੀਆਂ ਫਲੂ ਜਿਹੜਾ ਆ ਨਾ ਇੱਥੇ ਪੈਰਾਸੀਟਾਮੋਲ ਜਾਂ ਪੇਨ ਕਿਲਰ ਖਾਓ ਤਿੰਨ ਤਿੰਨ ਚਾਰ ਦਿਨ ਬਾਅਦ ਆਪੇ ਜ਼ੋਰ ਲੱਗ ਕੇ ਹਟ ਜਾਣਾ ਇਸੇ ਤਰ੍ਹਾਂ ਦਾ ਵਾਇਰਸ ਇਹ ਹੈ ਇਹ ਵੀ ਆਪਣੇ ਆਪ ਜ਼ੋਰ ਲੱਗ ਕੇ ਹਟ ਜਾਊ ਚੈਪਟਰ ਤੁਸੀਂ ਕਾਫੀ ਵੱਡਾ ਲਿਖਿਆ ਮੈਂ ਉਹਦੇ ਬਾਰੇ ਜਾਣਨਾ ਚਾਹੁੰਦਾ ਲੋਕਾਂ ਨੂੰ ਪੰਜਾਬ ਦੇ ਨੂੰ ਇੰਡੀਆ ਦੇ ਲੋਕਾਂ ਨੂੰ ਇਨ ਜਨਰਲ ਕਾਫੀ ਅਵੇਅਰਨੈਸ ਹੋ ਗਈ ਕਿਉਂਕਿ ਇਹਦੇ ਬਾਰੇ ਕਿਉਂਕਿ ਬਹੁਤ ਲੋਕਾਂ ਨੇ ਸਫ਼ਰ ਕੀਤਾ ਮੌਤਾਂ ਵੀ ਹੋ ਗਈਆਂ ਇਸ ਤਰ੍ਹਾਂ ਵਰਲਡ ਦੇ ਵੱਖ ਵੱਖ ਕੰਟਰੀ ਵਿੱਚ ਜਿਹੜੇ ਖਾਸ ਤੌਰ ਤੇ ਸਾਡੇ ਲਿਟਰੇਚਰ ਵਾਲੇ ਹੈਗੇ ਆ ਪੰਜਾਬੀ ਲਿਟਰੇਚਰ ਵਾਲੇ ਜਾਂ ਜਿਹੜੇ ਵੱਖ ਵੱਖ ਕੰਟਰੀਆਂ ਵਿੱਚ ਇੰਡੀਅਨ ਹੈਗੇ ਆ ਜਿਹੜੇ ਉੱਥੇ ਰਹਿੰਦੇ ਹੈਗੇ ਆ ਉਹਨਾਂ ਦਾ ਸਾਹਿਤਕਾਰਾਂ ਦਾ ਇਹਦੇ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਰਹੀ ਹੈਗੀ ਆ ਇਹਦੇ ਵਿੱਚ ਕਿਸ ਤਰ੍ਹਾਂ ਦੀ ਕੁਛ ਕਵਿਤਾਵਾਂ ਵੀ ਉਹਨਾਂ ਨੇ ਲਿਖਿਆ ਕੁਛ ਦੂਜਾ ਸਾਹਿਤ ਵੀ ਲਿਖਿਆ ਹੈਗੇ ਸਰਕਾਰਾਂ ਨੂੰ ਅਵੇਅਰ ਕਰਨੇ ਲੋਕਾਂ ਨੂੰ ਅਵੇਅਰ ਕਰਨ ਲਈ ਜਾਂ ਜਨਰਲ ਅਵੇਅਰਨੈਸ ਲਈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹਦੇ ਵਿੱਚ ਪੂਰਾ ਚੈਪਟਰ ਹੈ ਕਾਫੀ ਡਿਟੇਲ ਦੇ ਨਾਲ ਲਿਖਿਆ ਕਿ ਕਰੋਨਾ ਕਾਲ ਦੇ ਵਿੱਚ ਸਾਹਿਤਕ ਵਰਤਾਰਾ ਕੀ ਹੈ ਹਾਂਜੀ ਹਾਂਜੀ ਇੱਕ ਸਾਹਿਤਕਾਰ ਸਮਾਜ ਦਾ ਸ਼ੀਸ਼ਾ ਸਾਹਿਤ ਸਮਾਜ ਕਿਆ ਹੈ ਸਾਹਿਤਕਾਰ ਜਿਹੜਾ ਹੈ ਉਹ ਸਾਹਿਤ ਦੇ ਵਿੱਚੋਂ ਵਾਪਰਦੀਆਂ ਘਟਨਾਵਾਂ ਨੂੰ ਅਨੁਭਵ ਕਰਕੇ ਆਪਣੇ ਸ਼ਬਦਾਂ ਦੇ ਵਿੱਚ ਆਪਣੀ ਸ਼ੈਲੀ ਦੇ ਵਿੱਚ ਲਿਖਦਾ ਹਾਂਜੀ ਹਾਂਜੀ ਉਹ ਵੱਖ ਵੱਖ ਵਿਧਾਵਾਂ ਦੇ ਵਿੱਚ ਲਿਖਦਾ ਚਾਹੇ ਉਹ ਨਾਵਲ ਲਿਖਦਾ ਜਾਂ ਕਹਾਣੀ ਕਵਿਤਾ ਜੋ ਵੀ ਲਿਖਦਾ ਹਾਂਜੀ ਸੋ ਉਹ ਪ੍ਰਭਾਵ ਪਿਆ ਲੋਕਾਂ ਦੇ ਉੱਤੇ ਜੋ ਮਨੋਵਿਗਿਆਨਿਕ ਪ੍ਰਭਾਵ ਪਿਆ ਜਾਂ ਸਾਹਿਤਕਾਰਾਂ ਦੇ ਉੱਤੇ ਵੀ ਪੈਣਾ ਹੀ ਸੀਗਾ ਉਹਦਾ ਨੇਚਰ ਲਈ ਹੈ ਉਹਨਾਂ ਨੇ ਮਹਿਸੂਸ ਕੀਤਾ ਕਿ ਲੋਕਾਂ ਨੂੰ ਵੀ ਦੱਸਣਾ ਪੈਣਾ ਉਹਨਾਂ ਨੇ ਉਹ ਡਰ ਆਪਣੇ ਅੰਦਰਲਾ ਜਿਹੜਾ ਵਿਅਕਤ ਕੀਤਾ ਜਾਂ ਇਹਦਾ ਆਉਣ ਵਾਲਾ ਇਹ ਮਤਲਬ ਐਂਡ ਕਦੋਂ ਹੋਊਗਾ ਉਹ ਵਿਅਕਤ ਕੀਤਾ ਉਹਦੇ ਉੱਤੇ ਕਵਿਤਾਵਾਂ ਲਿਖੀਆਂ ਗਈਆਂ ਉਹਦੇ ਉੱਤੇ ਟੋਟਕੇ ਲਿਖੇ ਗਏ ਛੋਟੇ ਛੋਟੇ ਤੇ ਉਹ ਤੇ ਕਿਤਾਬ ਦੇ ਵਿੱਚ ਮੈਂ ਸਾਰਾ ਡਿਟੇਲ ਦੇ ਵਿੱਚ ਮੇਰਾ ਖਿਆਲ ਵੱਡਾ ਚੈਪਟਰ ਇਹੀ ਹੈ ਉਹਦੇ ਉੱਤੇ ਮੈਂ ਕਾਫੀ ਕਾਫੀ ਇੰਟਰਸਟਿੰਗ ਇਹ ਚੈਪਟਰ ਮੈਂ ਪੜ੍ਹਿਆ ਪੂਰਾ ਅੱਛਾ ਇੱਕ ਮੈਨੂੰ ਹੋਰ ਦੱਸੋ ਇਹਦਾ ਜਿਹੜਾ ਇਕਨੋਮਿਕ ਆਸਪੈਕਟ ਮੇਰਾ ਇੱਕ ਹੋਰ ਦੋਸਤ ਆ ਉੱਥੇ ਗ੍ਰੇਟ ਯਾਰਮਥ ਉਹ ਆਪਣਾ ਬਿਜ਼ਨਸ ਕਰਦਾ ਹੈਗਾ ਉਹ ਕਹਿੰਦਾ ਜੀ ਮੇਰਾ ਕਾਫੀ ਅੱਛਾ ਦੋ ਉਹਦੇ ਕਾਫੀ ਵੱਡੇ ਵੱਡੇ ਰੈਡੀਮੇਡ ਗਾਰਮੈਂਟਸ ਦੇ ਸ਼ੋਰੂਮ ਹੈ ਕਹਿੰਦਾ ਮੈਨੂੰ 39,000 ਡਾਲਰ ਜਿਹੜਾ ਹੈਗਾ ਉਦੋਂ ਗੌਰਮੈਂਟ ਨੇ ਸਾਡਾ ਇੱਧਰ ਲਾ ਕੇ 38-39 ਲੱਖ ਰੁਪਇਆ ਸਮਝੋ ਉਹਨਾਂ ਦੇ ਅਕਾਊਂਟ ਵਿੱਚ ਪਾ ਦਿੱਤਾ ਤੁਹਾਡੇ ਲੋਕਾਂ ਨੂੰ ਤਾਂ 2-2, 4-4 ਹਜ਼ਾਰ ਪਾਉਂਡ ਮਿਲ ਗਏ ਹੈਗੇ ਆ ਜਿਹਦੀ ਜਿੰਨੀ ਉਹਨਾਂ ਦੀ ਲੋਕਾਂ ਦੀ ਇਨਕਮ ਸੀਗੀ ਇੱਧਰ ਤਾਂ ਵਿਚਾਰੇ ਬੰਦਿਆਂ ਨੂੰ ਸਾਡਿਆਂ ਨੂੰ ਬਿਜ਼ਨਸਮੈਨ ਇਹ ਹੁਣ ਰੋਂਦੇ ਬਿਜਲੀ ਹੈ ਨਹੀਂ ਉਹ ਏਦਾਂ ਉਹਨਾਂ ਨੂੰ ਕੁਛ ਨਹੀਂ ਮਿਲਿਆ ਸੋ ਮਚ ਸੋ ਆ ਰੋਟੀ ਪਾਣੀ ਦੀ ਜਿਹੜੀ ਹੈਗੀ ਸਾਡੀ ਮਾਈਗ੍ਰੇਟਰੀ ਲੇਬਰ ਭੁੱਖੇ ਹੀ ਤੁਹਾਨੂੰ ਪਤਾ ਹੈਗਾ ਹਾਲਾਂ ਪੰਜਾਬ ਵਿੱਚ ਕਾਫੀ ਕੋਸ਼ਿਸ਼ ਕੀਤੀ ਏਦਾਂ ਦੀ ਬੇਸਡ ਇਕਨੋਮੀ ਨੂੰ ਕਿਵੇਂ ਇਹਨੇ ਹਿੱਟ ਕੀਤਾ ਹੈਗਾ ਸਿੱਧੇ ਤੌਰ ਤੇ ਜਦੋਂ ਬਿਜ਼ਨਸ ਜਿਹੜੇ ਅਦਾਰੇ ਆ ਉਹਨਾਂ ਦੀ ਇਨਪੁਟ ਆਊਟਪੁੱਟ ਬੰਦ ਹੋ ਜਾਂਦੀ ਹੈ ਹਾਂਜੀ ਜਿਹੜਾ ਰੋ ਮਟੀਰੀਅਲ ਇਨਪੁੱਟ ਹੋਣਾ ਉਹ ਬੰਦ ਹੋ ਗਿਆ ਆਊਟਪੁੱਟ ਜਿਹੜੀ ਆ ਗੁਡਸ ਜਿਹੜੇ ਬਣ ਕੇ ਪ੍ਰਿਪੇਅਰ ਹੋ ਕੇ ਜਾਣੇ ਆ ਉਹ ਖਤਮ ਹੋ ਗਏ ਜਿਹੜੇ ਸਟੋਰ ਆ ਉਹ ਬੰਦ ਹੋ ਗਏ ਇੰਡਸਟਰੀ ਬੰਦ ਹੋ ਗਈ ਤੇ ਓਬਵੀਅਸਲੀ ਆ ਉਹਨਾਂ ਦੀ ਜਿਹੜੀ ਆ ਉਹ ਮਨੀ ਰੋਲ ਆਊਟ ਜਿਹੜੀ ਆ ਉਹ ਜਨਰੇਟ ਹੁੰਦੀ ਆ ਉਹ ਖਤਮ ਹੋ ਜਾਂਦੀ ਹੈ ਹਾਂਜੀ ਹਾਂਜੀ ਤੇ ਉੱਥੇ ਜਿਹੜਾ ਆ ਇਹ ਸਭ ਤੋਂ ਵੱਡੀ ਜਿਹੜੀ ਲਾਇਬਿਲਟੀ ਹੈ ਗਵਰਨਮੈਂਟਾਂ ਦੀ ਬਣਦੀ ਹੈ ਗੱਲ ਕਰ ਲਓ ਕਿਸੇ ਵੀ ਦੇਸ਼ ਦੀ ਪੰਜਾਬ ਦੀ ਕਰ ਲਓ ਪੰਜਾਬ ਤੋਂ ਬਾਹਰਲੀ ਕਰ ਲਓ ਇੰਡੀਆ ਦੀ ਕਰ ਲਓ ਪਾਕਿਸਤਾਨ ਦੀ ਗਵਰਨਮੈਂਟ ਦੀ ਲਾਇਬਿਲਟੀ ਹੁੰਦੀ ਹੈ ਕਿ ਜਦੋਂ ਮਹਾਂਮਾਰੀ ਹੈ ਮਹਾਂਮਾਰੀ ਦੇ ਵਿੱਚ ਲੋਕਾਂ ਦੇ ਹਿੱਤਾਂ ਨੂੰ ਪ੍ਰੋਟੈਕਟ ਕਰਨਾ ਗਵਰਨਮੈਂਟ ਦੀ ਲਾਇਬਿਲਟੀ ਹੈ ਇਹ ਆਮ ਲੋਕਾਂ ਦੀ ਮਤਲਬ ਗੱਲ ਨਹੀਂ ਉਹਨਾਂ ਦੇ ਬਸੋਂ ਬਾਰੀ ਗੱਲ ਹੈ ਗਵਰਨਮੈਂਟਾਂ ਬਣਾਈਆਂ ਇਸ ਵਾਸਤੇ ਜਾਣੀਆਂ ਪਰ ਸਾਡੀਆਂ ਸਰਕਾਰਾਂ ਨੇ ਤਾਂ ਪੱਲੇ ਝਾੜ ਦਿੱਤੇ ਪੱਲੇ ਕੁਛ ਨਹੀਂ ਹੈਗਾ ਫਿਰ ਆਮ ਲੋਕੀ ਕੀ ਕਰਨਗੇ ਤੁਹਾਡੀਆਂ ਸਰਕਾਰਾਂ ਨੇ ਤੁਹਾਨੂੰ ਝਾੜ ਲਿਆ ਦੋ ਚੀਜ਼ਾਂ ਆ ਇੱਕ ਤਾਂ ਡਿਜ਼ਾਸਟਰ ਮੈਨੇਜਮੈਂਟ ਐਮਰਜੈਂਸੀ ਫੰਡ ਹੁੰਦਾ ਸਰਕਾਰਾਂ ਦੇ ਕੋਲ ਹਾਂਜੀ ਉਹ ਫੰਡ ਯੂਜ ਕੀਤਾ ਨਹੀਂ ਜਾ ਸਕਦਾ ਪਰ ਇਹ ਲੋਕ ਜਿਹੜੇ ਆ ਜੇ ਆਪਾਂ ਪੰਜਾਬ ਇੰਡੀਆ ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਸਰਕਾਰ ਜਿਹੜੀ ਆ ਉਹ ਫੰਡ ਦਾ ਮਿਸਯੂਜ ਕਰਦੀ ਆ ਉਹਨੂੰ ਕਿਸੇ ਹੋਰ ਪਾਸੇ ਕਰਦੀ ਹੋਰ ਪਾਸੇ ਇਸਤੇਮਾਲ ਕਰ ਲੈਂਦੀ ਆ ਹਾਂਜੀ ਕਰ ਲੈਂਦੀ ਆ ਫਿਰ ਇਹਨਾਂ ਕੋਲ ਹੁੰਦਾ ਨਹੀਂ ਹੈ ਹਾਂਜੀ ਹਾਂਜੀ ਲੀਗਲੀ ਜਿਹੜਾ ਗਲਤ ਹੈ ਦੂਸਰਾ ਜਿਹੜਾ ਆ ਵਰਲਡ ਬੈਂਕ ਜਿਹੜੀ ਆ ਉਹ ਸਪੋਰਟ ਕਰਦੀ ਆ ਉਹ ਫਾਈਨੈਂਸ਼ੀਅਲੀ ਹੈਲਪ ਕਰਦੀ ਹੈ ਕਿ ਤੁਸੀਂ ਇਸ ਚੀਜ਼ ਨੂੰ ਕਿਹਦਾ ਕੰਟਰੋਲ ਕਰਨਾ ਉਹਨਾਂ ਨੂੰ ਫੰਡ ਦਿੰਦੀ ਹੈ ਤੇ ਇੱਥੇ
इंग्लैंड दे विच जिस तरह तुसी पॉइंट कीता कि उन्हां दा अपने तुहाडे दोस्त दा बिजनेस सीगा, इत्थे इन्हां दा सिस्टम इन्हां ने मैनेज कीता। सब तो पहली गल तां कि लोकां नूं मानसिक तौर दे उत्ते जिहड़ा उन्हां ते दबाव पैणा उह तों परे रखिया जावे। हाँ, ओहदे लई मानसिक तौर ते दबाव नहीं पैण दित्ता, इह इक बहुत अच्छी गल है। दोहरा दबाव हो जांदा, इक तां बिमारी दा, महामारी दा, उहदा हौआ जिहड़ा मीडिया दे विच उहनूं मौत दे रूप दे विच प्रचारिया गया। खत्म करो, एलिमिनेट करो। जे किसी 2000 महीने की तनखाह मिलती है, ओनू उन्होंने की किया 20% कट करके 80% जी गवर्नमेंट ने अपने खजाने चो देनी शुरू करती। तुसी घर अपनिया जाना बचाओ, पहला मुल्क नूं बचाओ। फिर तीसरा जिहड़ा मनां दे विच डर सीगा गवर्नमेंट दे, ओह सी NHS दा, नैशनल हैल्थ सर्विस। महामारी बहुत बुरी तरह फैल गई, NHS जिहड़ी आ उह कलैप्स हो जाणी है। जे इह जिहड़ा सेहत महकमा कलैप्स हो गया तां फिर मुल्क खतम हो जाऊ, फिर संभालूगा कौन? इन्हां ने एक जिहड़ा फिर ओह लीफलेट छापिया सी, ओह मेरी चैप्टर है किताब दे विच, ओह लीफलेट काली दे विच छापिया, ओह गलत कर गए सीगे। अच्छा जी। ਜਿਵੇਂ ਕੈਨੇਡਾ ਜਿਹੜੀ ਲੱਕੜੀ ਆ, ਜਿਹੜੀ ਬਲੀਆਂ ਬੁਲੀਆਂ ਜਿਹੜੀਆਂ ਆਮ ਉਹ ਉੱਥੇ ਜਿਹੜੀਆਂ ਸਟੋਰ ਮਿਲ ਜਾਂਦੀਆਂ ਹੈਗੀਆਂ ਹੋਮ ਡਿਪੂ ਦੇ ਜਾਂ ਹੋਰ, ਉਹ ਬੜੀਆਂ ਮਹਿੰਗੀਆਂ ਹੋ ਗਈਆਂ। ਕੋਈ ਤੁਹਾਡੇ ਇੰਗਲੈਂਡ ਵੀ ਕੋਈ ਚੀਜ਼ਾਂ ਮਹਿੰਗੀਆਂ ਹੋਈਆਂ, ਸਾਡੇ ਇੱਧਰ ਵੀ ਕਾਫੀ ਜ਼ਿਆਦਾ ਜਿਹੜੀਆਂ ਇੰਡਸਟਰੀ ਗੁੱਡ ਦੀ ਉਹ ਵੀ ਮਹਿੰਗਾਈ ਹੋਈ, ਆਮ ਖਾਣੇ ਪੀਣੇ ਦੀਆਂ ਚੀਜ਼ਾਂ ਵਿੱਚ ਵੀ ਬੜੀ ਮਹਿੰਗਾਈ ਹੋਈ, ਕਿਉਂਕਿ ਇੰਡੀਆ ਅਜੇ ਉਨਾ ਇਕਨੋਮਿਕਲੀ ਇਨਰਿਚਡ ਕੰਟਰੀ ਨਹੀਂ, ਆਮ ਲੋਕਾਂ ਨੂੰ ਮਹਿੰਗਾਈ ਬੜੀ ਹਿੱਟ ਕਰਦੀ। ਇਹਦੇ ਬਾਰੇ ਕੀ ਕਹਿੰਦੇ, ਜੋ ਵਰਲਡ ਵਾਈਡ ਮਹਿੰਗਾਈ ਹੋਈ ਹੈਗੀ, ਲੋਕੀ ਕਿਵੇਂ ਕੋਪ ਅਪ ਕਰ ਰਹੇ ਹੈਗੇ? ਦੇਖੋ, ਸਭ ਤੋਂ ਪਹਿਲੀ ਗੱਲ ਹੈ ਕਿ ਵਰਲਡ ਵਾਈਡ ਜਿਹੜੀ ਮਹਿੰਗਾਈ ਆ ਉਹ ਹੋਣੀ ਲਾਜ਼ਮੀ ਸੀ, ਕੰਪਲਸਰੀ ਸੀ, ਉਹ ਹੋਣੀ ਸੀ। ਹਾਂਜੀ, ਉੱਤੇ ਕੁਦਰਤੀ ਸੀ, ਇਹ ਸਾਰਾ ਸਿਸਟਮ ਬੰਦ ਹੋ ਗਿਆ ਵਰਲਡ ਦਾ, ਆਵਾਜਾਈ ਦੇ ਸਾਧਨ ਬੰਦ ਹੋ ਗਏ, ਢੋਆ ਢੁਆਈ ਦੇ ਸਾਧਨ ਬੰਦ ਹੋ ਗਏ, ਸਿਰਫ ਐਮਰਜੈਂਸੀ ਢੋਆ ਢੁਆਈ ਰਹਿ ਗਈ। ਹਾਂਜੀ, ਸਾਰਾ ਕਮਿਊਨੀਕੇਸ਼ਨ ਨੈਟਵਰਕ ਜਿਹੜਾ ਆ ਉਹ ਟੁੱਟ ਗਿਆ, ਆਦਾਨ ਪ੍ਰਦਾਨ ਦਾ ਜੋ ਵੀ ਚੀਜ਼ਾਂ ਇੱਧਰ ਉੱਧਰ ਜਾਂਦੀਆਂ ਸੀ ਉਹ ਸਾਰਾ ਟੁੱਟ ਗਿਆ, ਤੇ ਮਹਿੰਗਾਈ ਹੋਣੀ ਸੀ। ਹਾਂਜੀ, ਪਰ ਜਦੋਂ ਅਸੀਂ ਇੰਗਲੈਂਡ ਦੀ ਗੱਲ ਕਰਦੇ ਹਾਂ, ਇੱਥੇ ਵੀ ਟੁੱਟ ਆਈ ਹੈ ਚੀਜ਼ਾਂ ਦੀ, ਇੱਥੇ ਵੀ ਸਟੋਰਾਂ ਦੇ ਵਿੱਚ ਭਾਅ ਵਧਾਏ ਗਏ ਹੈ। ਜਿਹੜੀ 2 ਪਾਉਂਡ ਸੀ ਉਹ 10 ਪਾਉਂਡ ਦੀ ਦੱਸੀ ਗਈ ਹੈ, ਜਿਹੜੀ 2 ਪਾਉਂਡ ਦੀ ਚੀਜ਼ ਸੀ ਉਹ 10 ਪਾਉਂਡ ਤੇ, ਮਤਲਬ 5 ਟਾਈਮਸ ਵੱਧ ਗਈ ਹੈ, 10 ਪਾਉਂਡ ਦੀ ਵੇਚੀ ਗਈ ਹੈ। ਪਰ ਇਹਨਾਂ ਨੇ ਕੰਟਰੋਲ ਕੀਤਾ, ਇਹਨਾਂ ਦਾ ਜਿਹੜਾ ਉਹ ਆਪਣੇ ਜਿਹੜਾ ਡਿਪਾਰਟਮੈਂਟ ਹੈ ਨਾ, ਉਹ ਡਿਪਾਰਟਮੈਂਟ ਜਿਹੜੇ ਵੱਖ ਵੱਖਰੇ ਆ ਉਹਨਾਂ ਨੂੰ ਐਕਟਿਵ ਕੀਤਾ, ਲੋਕਾਂ ਦੀਆਂ MPs ਨੇ ਜਿਹੜੀਆਂ ਕੰਪਲੇਂਟ ਕੀਤੀਆਂ, MPs ਜਿਹੜੇ ਆ ਉਹ ਸਿਵਲ ਦੇ ਵਿੱਚ ਆਪ ਜਾ ਕੇ ਉੱਥੇ ਜਾ ਕੇ ਦੇਖ ਕੇ ਆਏ ਵੀ ਸਟੋਰਾਂ 'ਚ ਕੀ ਹੋ ਰਿਹਾ। ਉਹਨਾਂ ਨੇ ਫਿਰ ਕੰਪਲੇਂਟ ਕੀਤੀਆਂ, ਬਾਅਦ 'ਚ ਰੇਡਿੰਗ ਹੋਈ, ਉਹਨਾਂ ਨੂੰ 50,000 ਪਾਉਂਡ ਦਾ ਜੁਰਮਾਨਾ ਲੱਗਾ, 2-4-10 ਸਟੋਰਾਂ ਨੂੰ ਬਰਮਿੰਗਮ ਦੇ ਵਿੱਚ, ਲਿਸਟਰ ਦੇ ਵਿੱਚ, ਇੱਧਰ ਹੋਰ ਵੀ ਆਪਣੇ ਬ੍ਰੈਡਫੋਰਡ ਦੇ ਵਿੱਚ ਵੀ ਜਿਹੜੇ ਸ਼ਹਿਰ ਹੈਗੇ ਆ, ਇਹਨਾਂ ਨੇ ਕੰਪਲੇਂਟਾਂ ਕਰਕੇ ਉਹਨਾਂ ਤੇ ਰੇਡ ਕਰਕੇ ਉਹਨਾਂ ਨੂੰ ਪੈਨਲਟੀਜ਼ ਲਾ ਕੇ ਉਹਨਾਂ ਦੇ ਸਟੋਰ ਸੀਲ ਕਰਕੇ ਲੋਕਾਂ ਨੂੰ ਇੱਕ ਮੈਸੇਜ ਦੇ ਦਿੱਤਾ, ਜਿਹੜੇ ਬਿਜ਼ਨਸਮੈਨ ਹੈ, ਕਿ ਤੁਸੀਂ ਭਾਅ ਨਹੀਂ ਵਧਾ ਸਕਦੇ, ਜਿੰਨਾ ਭਾਅ ਰਹੂਗਾ ਓਨਾ ਹੀ ਰਹੂਗਾ। ਬਹੁਤ ਅੱਛੀ ਗੱਲ ਹੈ। ਉਹਨਾਂ ਨੇ ਭਾਅ ਬਿਲਕੁਲ ਨਹੀਂ ਵਧਾਇਆ, ਉਹਨਾਂ ਨੇ ਜਿਹੜੀਆਂ ਲੋਕਾਂ ਨੂੰ ਅਨਾਊਂਸਮੈਂਟਾਂ ਜ਼ਰੂਰ ਕੀਤੀਆਂ ਅੰਦਰ, ਕਿ ਤੁਸੀਂ ਫਿਕਰ ਨਾ ਕਰੋ, ਤੁਸੀਂ ਜਿੱਥੇ 2 ਚੀਜ਼ਾਂ ਲਿਜਾਣੀਆਂ ਉੱਥੇ 1 ਲਿਜਾਓ, ਤਾਂ ਕਿ ਦੂਸਰੇ ਜਾਣੇ ਨੂੰ ਵੀ ਹੈਲਪ ਹੋ ਸਕੇ। ਤੁਹਾਨੂੰ ਮੁੱਕਣ ਨਹੀਂ ਦਿੰਦੇ, ਅਸੀਂ ਕਿਤੇ ਨਾ ਕਿਸੇ ਤਰ੍ਹਾਂ ਅਰੇਂਜਮੈਂਟ ਕਰਦੇ ਰਹਾਂਗੇ।
ਬਹੁਤ ਅੱਛੀ ਗੱਲ। ਅੱਛਾ ਇੱਕ ਦੋ ਗੱਲ ਮੈਨੂੰ ਇਹਦੇ ਵਿੱਚ ਹੋਰ ਦੱਸੋ, ਇਹ ਜਿਹੜੀ ਬੁੱਕ ਆ ਤੁਸੀਂ ਦਰਸ਼ਕੋ, ਆ ਜਿਹੜੀ ਬੁੱਕ ਮੈਂ ਵੈਸੇ ਵੀ ਤੁਹਾਨੂੰ ਆ ਦੇਖ ਰਹੇ ਹੈਗੇ, ਪੰਜਾਬੀ ਵਿੱਚ ਲਿਖੀ ਹੈਗੀ ਆ, ਕਿਉਂਕਿ ਇੱਧਰ ਤਾਂ ਚਲੋ ਇੰਡੀਆ ਵਿੱਚ ਪੰਜਾਬੀ ਦੇ ਕਾਫੀ ਹੈਗੇ ਰੀਡਰ, ਉੱਥੇ ਇੰਗਲੈਂਡ ਵਿੱਚ ਕਿੰਨੇ ਕੁ ਲੋਕੀ ਪੰਜਾਬੀ ਪੜ੍ਹਦੇ ਆ ਜਿਹੜੇ ਹੈਗੇ ਆ, ਕਿਹੜੀ ਕਮਿਊਨਿਟੀ ਸਾਡੇ ਪੰਜਾਬੀ ਲੋਕ ਪੜ੍ਹਦੇ ਆ, ਕਿੰਨੀ ਕੁ ਅਵੇਅਰਨੈਸ ਆਈ ਇਹਦੇ ਵਿੱਚ ਬੁੱਕ ਬਾਰੇ ਇਹਦੇ ਬਾਰੇ? ਇਹਦੇ ਬਾਰੇ ਚ ਦੇਖੋ ਮੇਰਾ ਮੰਤਵ ਹੈ ਸਿਰਫ ਕਿ ਪੰਜਾਬੀ ਚ ਮੈਂ ਲਿਖਦਾ, ਇੰਗਲਿਸ਼ ਵੀ ਲਿਖਦਾ, ਉਰਦੂ ਦੇ ਵਿੱਚ ਵੀ ਮੇਰੀਆਂ ਕਿਤਾਬਾਂ ਛਪੀਆਂ, ਹਿੰਦੀ ਦੇ ਵਿੱਚ ਵੀ ਛਪੀਆਂ। ਅੱਛਾ ਜੀ। ਪਰ ਮੈਂ ਲਿਖਦਾ ਪੰਜਾਬੀ ਦੇ ਵਿੱਚ ਹੈ ਕਿਉਂਕਿ ਮੈਂ ਪ੍ਰਤੀਬੱਧ ਹੈ ਆਪਣੇ ਲੋਕਾਂ ਦੇ ਪ੍ਰਤੀ। ਅੱਛਾ ਜੀ, ਹਾਂਜੀ ਹਾਂਜੀ। ਜਿਹੜੀ ਆ ਸਭ ਤੋਂ ਪਹਿਲਾਂ ਜਿਹੜੀ ਜਾਣਕਾਰੀ ਲੋਕਾਂ ਦੇ, ਸਾਡੇ ਲੋਕਾਂ ਦੇ ਕੋਲ, ਸਾਡੇ ਮੁਆਸ਼ਰੇ ਚ ਭਾਈਚਾਰੇ ਕੋਲ, ਸਾਡੀ ਕਮਿਊਨਿਟੀ ਦੇ ਕੋਲ ਨਹੀਂ ਜਾਂਦੀ, ਉਹ ਜ਼ਰੂਰ ਜਾਣੀ ਚਾਹੀਦੀ ਹੈ। ਇਹ ਵਰਲਡ ਦੀ ਪਹਿਲੀ ਕਿਤਾਬ ਹੈ ਕਰੋਨਾ ਵਾਇਰਸ ਦੇ ਉੱਤੇ ਸਿਰਫ ਪੰਜਾਬੀ ਦੇ ਵਿੱਚ, ਗੁਰਮੁਖੀ ਦੇ ਵਿੱਚ ਲਿਖੀ ਗਈ ਹੈ। ਅਜੇ ਤੱਕ ਕੋਈ ਵੀ ਦੂਸਰੀ ਰਾਈਟਿੰਗ ਇਹਦੇ ਤੇ ਨਹੀਂ ਆਈ ਹੈ। ਅੱਛਾ, ਕੀ ਲੋਕਾਂ ਦਾ ਕੀ ਰਿਸਪੌਂਸ ਸੀ ਜਦੋਂ ਤੁਸੀਂ ਰਿਲੀਜ਼ ਵਾਲੇ ਕੁਛ ਮੈਨੂੰ ਵੀਡੀਓ ਭੇਜੇ ਸੀ, ਜਾਂ ਆਮ ਲੋਕਾਂ ਦਾ ਕੀ ਰਿਸਪੌਂਸ ਹੈ ਜਿਹੜੇ ਤੁਹਾਡੇ ਸਰਕਲ ਦੇ? ਅਜੇ ਤੱਕ ਇੱਥੇ ਜਿਹੜਾ ਉਹ ਗੈਦਰਿੰਗ ਨਹੀਂ ਹੋ ਸਕੀ। ਹਾਂ, ਜੋ ਸੋਸ਼ਲ ਮੀਡੀਆ ਦੇ ਥਰੂ ਜਿਹੜੀ ਰਿਲੀਜ਼ ਹੋਈ ਹੈ, ਇਹ ਲੋਕਾਂ ਦਾ ਜਿਹੜਾ ਪ੍ਰਚਾਰ ਹੋ ਚੁੱਕਾ ਹੈਗਾ, ਹਾਂਜੀ, ਪਹੁੰਚ ਜਿਹੜਾ ਆ ਉਹ ਬਹੁਤ ਜ਼ਬਰਦਸਤ ਆਇਆ। ਲੋਕਾਂ ਨੇ ਸ਼ਲਾਘਾ ਵੀ ਕੀਤੀ ਹੈ, ਲੋਕਾਂ ਨੇ ਮੰਗ ਵੀ ਕੀਤੀ ਹੈ। ਇੱਧਰ ਆਪਣੇ ਯੂਰਪ ਦੇ ਵਿੱਚ ਪੰਜਾਬੀ ਕਾਫੀ ਰਹਿੰਦੇ ਨੇ, ਇੰਗਲੈਂਡ ਦੇ ਵਿੱਚ ਪੰਜਾਬੀ ਕਾਫੀ ਰਹਿੰਦੇ ਨੇ, ਉਹਨਾਂ ਨੇ ਮੰਗ ਕੀਤੀ ਹੈ ਇਸ ਚੀਜ਼ ਦੀ, ਵੀ ਸਾਡੇ ਤੱਕ ਜ਼ਰੂਰ ਪਹੁੰਚਦੀ ਕਰੋ। ਉਹਨਾਂ ਨੂੰ ਫਿਰ ਦੱਸਿਆ ਗਿਆ ਕਿ ਤੁਸੀਂ ਇਸ ਜਗ੍ਹਾ ਤੋਂ ਇਹ ਜਿਹੜੀ ਹੈ ਪ੍ਰਾਪਤ ਕਰ ਸਕਦੇ ਹਾਂ, ਸੋਸ਼ਲ ਆਨਲਾਈਨ ਜਿਹੜਾ ਤੁਹਾਨੂੰ ਇਹ ਅਵੇਲੇਬਲ ਹੈਗੀ ਹੈ, ਐਮਾਜੋਨ ਤੋਂ ਅਵੇਲੇਬਲ ਹੈਗੀ ਹੈ, ਜਾਂ ਹੋਰ ਸਾਧਨ ਜਿਹੜੇ ਹੈਗੇ ਆ ਉਹਨਾਂ ਤੋਂ ਤੁਹਾਨੂੰ ਮਿਲ ਜਾਊਗੀ। ਔਰ ਉਹ ਲੋਕਾਂ ਦਾ ਰਿਸਪੋਂਸ ਜਿਹੜਾ ਹੈ, ਮੈਂ ਸਮਝਦਾ ਹਾਂ ਕਿ ਸਾਡੇ ਲੋਕ ਪਿੱਛੇ ਨਹੀਂ ਹੈ, ਸਾਡੇ ਲੋਕਾਂ ਤੱਕ ਪ੍ਰੋਡਕਟ ਜਾਂਦਾ ਨਹੀਂ, ਉਹ ਚੀਜ਼ ਜਾਂਦੀ ਨਹੀਂ ਹੈਗੀ, ਅਸੀਂ ਪਹੁੰਚ ਵੀ ਨਹੀਂ ਕਰਦੇ, ਅਸੀਂ ਮਾਰਕੀਟਿੰਗ ਨਹੀਂ ਕਰਦੇ ਉਹਦੀ। ਅੱਛਾ, ਇੱਕ ਲਾਸਟ ਸਵਾਲ ਮੈਂ ਬੜਾ ਹੋਰ ਪੁੱਛਣਾ ਚਾਹੁੰਦਾ, ਜਿਵੇਂ WHO ਹੈਗਾ ਜਾਂ ਜਿਹੜੇ ਤੁਹਾਡੇ ਕੰਟਰੀ ਹੈਗੇ ਆ, ਇਹਦੇ ਵਿੱਚ ਤੁਹਾਨੂੰ ਪਤਾ ਇਹ ਹਥਿਆਰਾਂ ਦੀ ਦੌੜ, ਕੋਲਡ ਵਾਰ, ਪਤਾ ਨਹੀਂ ਕੀ ਕੁਛ ਕੰਟਰੀਆਂ ਵਿੱਚ ਚੱਲਦਾ ਹੈਗਾ, ਹੁਣ ਇਹ ਕੰਟਰੀ ਸੰਜੀਦਾ ਹੋਏ ਹੈਲਥ ਰਿਲੇਟਡ ਪ੍ਰੋਬਲਮ ਲਈ, ਇਹਨਾਂ ਦੀ ਪ੍ਰਾਇਰਟੀ ਲਿਸਟ ਤੇ ਆਇਆ ਹੈਗਾ WHO ਵੀ ਇਸ ਤਰ੍ਹਾਂ ਗਰੀਬ ਦੇਸ਼ਾਂ ਨੂੰ ਵੀ ਕੁਝ ਮਦਦ ਕਰਨ, ਇੱਦਾਂ ਦੀਆਂ ਪਾਲਿਸੀਆਂ ਬਣਾ, ਹਥਿਆਰਾਂ ਦੀ ਦੌੜ ਚ ਥੋੜਾ ਜਿਹਾ ਘੱਟ ਧਿਆਨ ਦੇਣ, ਕੁਛ ਇਹਦੇ ਬਾਰੇ ਅਵੇਅਰਨੈਸ ਆਈ ਹੈਗੀ, ਇਹਦੇ ਬਾਰੇ ਕੀ ਕੁਛ ਰਿਸਰਚ ਕੀਤੀ ਤੁਸੀਂ ਆਪਣੇ ਬੁੱਕ ਵਿੱਚ? ਭਾਰਤ ਜੀ ਹਥਿਆਰਾਂ ਦੀ ਦੌੜ ਤੋਂ ਤਾਂ ਬਾਹਰ ਹੋ ਗਏ ਨੇ, ਬਿਲਕੁਲ ਜਿਹੜਾ ਡਾਇਰੈਕਸ਼ਨ ਚੇਂਜ ਹੋ ਗਈ ਹੈ। ਹਾਂਜੀ, ਡਾਇਰੈਕਸ਼ਨ ਚੇਂਜ ਹੋ ਗਈ ਹੈ ਕਿ ਜੇ ਲੋਕ ਬਚਣਗੇ ਤਾਂ ਹਥਿਆਰ ਉਹਨਾਂ ਦੇ ਕੰਮ ਆਉਣਗੇ, ਲੜਨਗੇ, ਸਿੰਪਲ ਜਿਹੀ ਗੱਲ ਹੈ। ਆਪਣੀ ਸਰਵਾਈਵਲ ਦਾ ਇਹਨਾਂ ਨੂੰ ਖਤਰਾ ਪੈਦਾ ਵੀ ਅਸੀਂ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਹੈਗਾ, ਬਾਕੀ ਲੋਕਾਂ ਦੀ ਤਾਂ ਛੱਡੋ ਫਿਰ। ਹਾਂ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਹਰ ਇੱਕ ਨੂੰ, ਚਾਹੇ ਉਹ ਗਵਰਨਮੈਂਟ ਦੇ ਇਨ ਹੈ ਚਾਹੇ ਆਊਟ ਹੈ, ਚਾਹੇ ਉਹ ਸਿਵਲ, ਚਾਹੇ ਉਹ ਜਿਹੜਾ ਹੈ ਉਹ ਸਪੈਸ਼ਲ VIP ਹੈ, ਹਾਂਜੀ, ਹਰ ਇੱਕ ਨੂੰ ਆਪਣੀ ਜ਼ਿੰਦਗੀ ਦਾ ਫਿਕਰ ਸਭ ਤੋਂ ਪਹਿਲਾਂ ਹੈ। ਯੈਸ, ਹਾਂਜੀ ਹਾਂਜੀ ਹਾਂਜੀ। ਹਥਿਆਰ ਤੇ ਹਥਿਆਰ ਤਾਂ ਮਾਰ ਮਰਾਈਆ ਕਰਦੇ ਹੈ, ਉਹ ਤਾਂ ਜ਼ਿੰਦਗੀ ਦੇ ਵਾਸਤੇ ਹੈ, ਹਾਂਜੀ ਹਾਂਜੀ, ਉਹ ਜ਼ਿੰਦਗੀ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ ਨਹੀਂ ਹੈ। ਸੋ ਇਸ ਕਰਕੇ ਇਹਨਾਂ ਫੰਡ ਜਿਹੜਾ ਆ, ਇਹਨਾਂ ਦੇ ਤੁਸੀਂ ਦੇਖੋਗੇ ਇਹਨਾਂ ਦੇ ਹੁਣ ਜਿਹੜੇ ਫੰਡ ਹੈਗੇ ਆ, ਪਹਿਲਾਂ ਜਿਹੜੇ ਆ ਸਿਕਿਉਰਿਟੀ ਦੇ ਉੱਤੇ, ਵੈਪਨਸ ਦੇ ਉੱਤੇ ਜ਼ਿਆਦਾ ਇਨਵੈਸਟਮੈਂਟਾਂ ਹੁੰਦੀਆਂ ਸੀਗੀਆਂ ਜਦੋਂ ਬਜਟ ਆਉਂਦੇ ਸੀਗੇ, ਹੁਣ ਜਿਹੜੇ ਦੇ ਉੱਤੇ ਹੈਲਥ ਉੱਤੇ ਜ਼ਿਆਦਾ ਜਿਹੜਾ ਐਮਫੇਸਾਈਜ਼ ਕਰਨ ਲੱਗ ਪਏ ਹੈਗੇ ਆ। ਕਿ ਸਭ ਤੋਂ ਆਪਣੇ ਇੰਡੀਆ ਦੇ ਵਿੱਚ, ਭਾਰਤ ਵਿੱਚ ਹੀ ਦੇਖ ਲਓ ਤੁਸੀਂ, ਉਹ ਕੀ ਕਰਦੇ ਆ ਹੁਣ, ਵੱਖੋ ਵੱਖਰੇ ਹੈਲਥ ਸੈਂਟਰ ਬਣਾਉਂਦੇ ਆ, ਇੱਥੇ 100 ਬੈੱਡ ਦਾ ਹਸਪਤਾਲ ਖੋਲ੍ਹ ਦਿਆਂਗੇ ਜੀ, ਉੱਥੇ ਫਲਾਨਾ ਕਰ ਦਿਆਂਗੇ, ਤਾਂ ਕਿ ਲੋਕਾਂ ਨੂੰ ਇਹ ਦੱਸਿਆ ਜਾਵੇ, ਬਣਾਉਣ ਜਾਂ ਨਾ ਬਣਾਉਣ ਕੱਲ ਉਹ ਵੱਖਰੀ ਗੱਲ ਹੈ, ਦੱਸਿਆ ਜਾਵੇ ਕਿ ਅਸੀਂ ਅਸੀਂ ਤੁਹਾਡੀ ਸਿਹਤ ਦੇ ਬਾਰੇ ਚਿੰਤਤ ਹਾਂ। ਮਤਲਬ ਜਿਹੜੀ ਸੋਚ ਦੀ ਡਾਇਮੈਂਸ਼ਨ ਹੈ ਉਹ ਬਿਲਕੁਲ ਦੂਸਰੀ ਦਿਸ਼ਾ ਨੂੰ ਹੋ ਗਈ ਹੈ। ਹਾਂਜੀ ਹਾਂਜੀ, ਹਥਿਆਰ ਇੱਕ ਪਾਸੇ ਰਹਿ ਗਿਆ, ਕਿਉਂਕਿ ਹਥਿਆਰਾਂ ਤੋਂ ਇਲਾਵਾ ਜਿਹੜਾ ਹਥਿਆਰ ਕੁਛ ਵੀ ਨਹੀਂ ਕਰ ਸਕਦੇ ਇੱਥੇ, ਨਾ ਤਾਂ ਇੱਥੇ ਮਿਜ਼ਾਈਲ, ਨਾ ਇੱਥੇ ਨਿਊਕਲੀਅਰ ਬੰਬ ਚੱਲੂਗਾ, ਕੁਛ ਵੀ ਨਹੀਂ ਕਰਨਾ ਉਹਨੇ, ਕਿਹਨੂੰ ਮਾਰਨਗੇ? ਇੱਕ ਮੈਂ ਲਾਸਟ ਸਵਾਲ ਪੁੱਛਣਾ ਚਾਹੁੰਦਾ, ਕਿਉਂਕਿ ਮੈਂ ਸਾਇੰਸ ਵੀ ਪੜ੍ਹਿਆ, ਸਾਇੰਸ ਦਾ ਸਟੂਡੈਂਟ ਰਿਹਾ ਹੈਗਾ, ਦੇਖੋ ਜਿੰਨਾ ਇਹ ਕਰੋਨਾ ਗਰੁੱਪ ਆ, 200-250 ਇਹਦਾ ਵਾਇਰਸ ਦਾ ਗਰੁੱਪ ਹੈਗਾ, ਮੰਨ ਲਓ ਅਸੀਂ ਇਹਨੂੰ ਕਿਸੇ ਤਰੀਕੇ ਨਾਲ ਵੈਕਸੀਨ ਰਾਹੀਂ ਜਾਂ ਹੋਰ ਇਹਨੂੰ ਅਸੀਂ ਜਿਹੜਾ ਹੈਗਾ ਰੋਕਣ ਦੀ ਕੋਸ਼ਿਸ਼ ਕਰਦੇ, ਨਵਾਂ ਵੇਰੀਐਂਟ ਇਮੀਡੀਏਟਲੀ, ਕਿਉਂਕਿ ਇਹ ਵੀ ਮਤਲਬ ਕੁਦਰਤ ਦਾ ਪ੍ਰੋਸੈਸ ਹੈਗਾ, ਜਦੋਂ ਕੋਈ ਕਿਸੇ ਚੀਜ਼ ਨਾਲ ਉਹਨੂੰ ਰੋਕਦੇ ਹੋ, ਉਹਨੂੰ ਬਚਣ ਲਈ ਕੋਈ ਨਵਾਂ ਰੂਪ ਧਾਰਨ ਕਰ ਲੈਂਦਾ ਹੈਗਾ, ਇਹ ਜਿਹੜੇ ਨਵੇਂ ਰੂਪ ਆ ਉਹ ਬੜੇ ਫੈਟਲ ਹੈਗੇ ਆ,
ਇਹਦੇ ਬਾਰੇ ਸਰਕਾਰਾਂ ਨੂੰ ਵਰਲਡ ਵਾਈਜ਼ ਪਤਾ ਹੈ ਤੇ ਇਹਦੇ ਇਸ ਪ੍ਰੋਬਲਮ ਨੂੰ ਜਿਹੜੀ ਪ੍ਰੋਬੇਬਲ ਥਰਡ ਵੇਵ ਆ ਉਹਨੂੰ ਟੈਕਲ ਕਰਨ ਲਈ ਤਾਂ ਕਿ ਫੈਟਲ ਨਾ ਬਹੁਤਾ ਹੋਵੇ ਉਹ ਕੀ ਕੁਛ ਅਵੇਅਰਨੈਸ ਚੱਲ ਰਹੀ ਹੈਗੀ ਆ? ਪਹਿਲੀਆਂ ਦੋ ਜਿਹੜੀਆਂ ਆ ਕਰੋਨਾ ਕੋਵਿਡ 2019 ਉਸ ਤੋਂ ਬਾਅਦ ਇੰਡੀਅਨ ਵਾਇਰੈਂਟ ਆਇਆ ਵੇਰੀਐਂਟ ਆਇਆ ਫਿਰ ਯੂਕੇ ਵੇਰੀਐਂਟ ਆਇਆ ਫਿਰ ਸਾਊਥ ਅਫਰੀਕਨ ਆ ਤਿੰਨ ਚਾਰ ਤਾਂ ਹੁਣੇ ਘੁੰਮ ਗਏ ਆ ਨਾ। ਹਾਂਜੀ 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 ਇਹਨਾਂ ਤੋਂ ਗਵਰਨਮੈਂਟਾਂ ਨੂੰ ਪੂਰੇ ਵਰਲਡ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਚੇਤਾਵਨੀ ਜਿਹੜੀ ਆ ਅਲਰਟ ਜਿਹੜਾ ਉਹ ਮਿਲ ਗਿਆ ਉਹ ਅਵੇਅਰ ਹੋ ਗਏ ਕਿ ਅਸੀਂ ਹੋ ਸਕਦਾ ਹੁਣ ਜਿੱਦਾਂ ਬੱਚਿਆਂ ਦੀ ਗੱਲ ਚੱਲ ਰਹੀ ਹੈ ਭਾਰਤ ਵਿੱਚ ਕਿ ਬੱਚਿਆਂ ਨੂੰ ਇੱਕ ਥਰਡ ਵੇਵ ਆਉਣੀ ਹੈ ਉਹਦੇ ਵਾਸਤੇ ਇਹਨੀ ਪਹਿਲੇ ਜਿਹੜੀਆਂ ਪ੍ਰੀਕੋਸ਼ਨ ਲੈ ਲਈਆਂ ਪ੍ਰੈਪਰੇਸ਼ਨ ਜਿਹੜੀਆਂ ਕਰ ਰਹੇ ਆ ਉਹਦੇ ਵਾਸਤੇ ਵੈਕਸੀਨੇਸ਼ਨ ਬਣੀ ਹੈ ਬੱਚਿਆਂ ਨੂੰ ਵੀ ਲਾ ਰਹੇ ਆ ਇਹਨੂੰ ਜਿਹੜਾ ਸ਼ੁਰੂ ਹੋਣ ਤੋਂ ਪਹਿਲਾਂ ਜਿਹੜਾ ਕੰਟਰੋਲ ਕਰ ਲਿਆ ਜਾਵੇ। ਇੰਗਲੈਂਡ ਵਿੱਚ 12 ਸਾਲ ਤੱਕ ਬੱਚਿਆਂ ਨੂੰ ਵੈਕਸੀਨੇਸ਼ਨ ਕਰਦੇ ਕੀ ਰੂਲ ਹੈ ਮੈਨੂੰ ਪਤਾ ਨਹੀਂ। ਇੱਥੇ 33 ਲੱਖ ਦੇ ਲਗਭਗ ਜਿਹੜਾ ਉਹ ਕਰ ਦਿੱਤੇ ਫੁੱਲ ਆਬਾਦੀ ਏਜ ਕਿੰਨੀ ਅਪਰ ਏਜ 12 ਸਾਲ ਤੋਂ ਉੱਪਰ ਹੈ ਕਿ ਜਾਂ 40 ਸਾਲ ਤੋਂ ਉੱਪਰ ਹੈਗੀ? ਨਹੀਂ 12 ਤੋਂ ਉੱਪਰ ਦੇ ਲਗਭਗ ਜਿਹੜੇ ਕਵਰ ਕਰ ਦਿੱਤੇ ਆ ਇਸੇ ਕਰਕੇ ਪੋਪੂਲੇਸ਼ਨ ਸਾਰੀ ਕਵਰ ਕਰ ਲਈ ਇਹਨਾਂ ਨੇ। ਹਾਂਜੀ 19 ਜੁਲਾਈ ਨੂੰ ਇਹਨਾਂ ਨੇ ਲਗਭਗ ਓਪਨ ਕਰ ਦੇਣਾ। ਅੱਛਾ 19 ਜੁਲਾਈ ਨੂੰ ਲਗਭਗ ਪੂਰਾ ਇੰਗਲੈਂਡ ਓਪਨ ਹੋ ਜਾਏਗਾ ਹੈ? ਓਪਨ ਹੋਊਗਾ ਪਾਰਟੀਆਂ ਜੋ ਵੀ ਹੈ ਫੁੱਟਬਾਲ ਜੋ ਵੀ ਚੱਲਣਗੇ ਉੱਥੇ ਜਾ ਕੇ ਦੇਖ ਸਕਦੇ ਹੋ ਤੁਸੀਂ। ਬਾਜ਼ਾਰ ਹੁਣ ਵੀ ਖੁੱਲੇ ਨੇ ਲੇਕਿਨ ਥੋੜਾ ਉਹ ਮੂੰਹ ਦੇ ਉੱਤੇ ਪਾ ਕੇ ਜਾਣਾ ਪੈਂਦਾ ਸਟੋਰਾਂ ਦੇ ਵਿੱਚ ਫੂਡ ਸਟੋਰ ਖੁੱਲੇ ਆ ਦੂਸਰੇ ਸਟੋਰ ਖੁੱਲੇ ਆ ਆਮ ਵਰਗੀ ਜ਼ਿੰਦਗੀ ਆ ਇੰਡਸਟਰੀ ਖੁੱਲੀ ਆ ਫੈਕਟਰੀਆਂ ਕੰਪਨੀਆਂ ਚੱਲਦੀਆਂ ਨੇ ਸਭ ਕੁਝ। ਚਲੋ ਡਾਕਟਰ ਸਾਹਿਬ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈਗੀ ਆ ਖਾਸ ਤੌਰ ਤੇ ਮੈਨੂੰ ਉਮੀਦ ਆ ਸਾਡੇ ਆਪਣੇ ਕੰਟਰੀ ਮੋਦੀ ਸਾਹਿਬ ਨੇ ਹੁਣ ਕਾਫੀ ਕੁਛ ਸਟੈਪ ਲਏ ਤਾਂ ਹੈ ਫਿਰ ਵੀ ਜਿਹੜਾ ਹੈਗਾ ਮੋਦੀ ਸਾਹਿਬ ਦਾ ਆਪਾਂ ਆਸ ਕਰਦੇ ਹੈਗੇ ਆ ਸਾਡੇ ਆਪਣੇ ਕੰਟਰੀ ਦੇਖਿਆ ਜਾਏ ਇਹ ਜਿਹੜੀਆਂ ਪ੍ਰੋਬਲਮ ਪ੍ਰਾਇਰਟੀ ਤੇ ਇਹਨਾਂ ਨੂੰ ਜਿਹੜੀਆਂ ਫੈਸਿਲਿਟੀ ਦੇਣੀਆਂ ਚਾਹੀਦੀਆਂ ਤਾਂ ਕਿ ਕੋਈ ਜਿਹੜੀ ਥਰਡ ਵੇਵ ਵਿੱਚ ਬਹੁਤੇ ਜ਼ਿਆਦਾ ਲੋਸ ਆਫ ਹਿਊਮਨ ਲਾਈਫ ਨਾ ਹੋਵੇ। ਤੁਸੀਂ ਇੰਗਲੈਂਡ ਤੋਂ ਸਾਡੇ ਨਾਲ ਜੁੜੇ ਬਹੁਤ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਥੈਂਕ ਯੂ ਵੈਰੀ ਮਚ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਥੈਂਕ ਯੂ।